ਕਿਉਂਕਿ ਕਾਸ਼ੀਪੁਰੀਆ ਜਿਹੜਾ ਹੁਣ ਕਬੱਡੀ ਪਾਉਣ ਦੇ ਲੱਗੇ ਨੂੰ ਵਾਧਾ ਹੋਇਆ ਹੈ, ਜਿਹੜਾ ਹੁਣ ਕਬੱਡੀ ਪਾਉਣ ਦੇ ਲੱਗੇ ਨੂੰ ਵਾਧਾ ਹੋਇਆ, ਦੁਨੀਆਂ ਦੇ ਮਹਾਨ ਜਾਫੀਆਂ ਦੇ ਵਿੱਚ ਨਾਮ ਹੈ, ਨਾਮ ਹੈ ਹਠੂਰ ਵਾਲੇ ਦਾ। ਪਰ ਪੁਆਇੰਟ ਇਸ ਵੇ ਦੀਪਕ ਕਾਸ਼ੀਪੁਰੀ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਲਓ ਅਗਲੀ ਕਬੱਡੀ ਪਾਉਣ ਦੇ ਲਈ ਆ ਖਿਡਾਰੀ ਕਹਿੰਦੇ ਪਹਿਲੇ ਪੈਰ ਖੇਡਿਆ ਦਸ਼ਮੇਸ਼ ਕਬੱਡੀ ਕਲੱਬ ਕਾਲਖ ਦੇ ਲਈ ਫੱਕੜ ਝੰਡਿਆਂ ਵਾਲੇ ਤੋਚੀ ਦੇ ਨਾਲ ਮਿਲ ਕੇ ਮੇਰੇ ਮਿੱਤਰੋ ਇਸ ਮੁੰਡੇ ਨੇ ਕਬੱਡੀਆਂ ਪਾਈਆਂ ਨੇ। ਲਓ ਕਾਲਾ ਹਠੂਰ ਪਿੰਡ ਵਾਲਾ ਜਿਹਨੇ ਹੁਣ ਕਬੱਡੀ ਪਾ ਦਿੱਤੀ ਹੈ, ਸਾਹਮਣੇ ਚਾਰ ਜਾਫੀਆਂ ਦੇ ਵਿੱਚੋਂ ਵੇਖਦਾ ਵੀ ਹੁਣ ਕੌਣ, ਲੈ ਵੀ ਹਰਿਆਣੇ ਵਾਲਿਆ ਅੱਜ ਹਰਿਆਣੇ ਦੀ ਧਰਤੀ ਹੈ, ਮੇਲਾ ਬਲਬੇੜੇ ਕਾਟਕੇ ਦਾ ਸਾਹਮਣੇ ਹੈ, ਹੁਣ ਵੇਖਦਾ ਵੀ ਉੱਖੜ ਦੇ ਪੈਰ ਨੇ ਹਠੂਰ ਵਾਲਾ ਤੇ ਦੂਸਰੇ ਪਾਸੇ ਮੇਲਾ 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 ਔਰ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਆ ਗਿਆ ਹਰਿਆਣੇ ਦੀ ਸ਼ਾਨ। ਇਹ ਆ ਕਹਿੰਦੇ ਰੋਇਲ ਕਿੰਗ ਯੂਐਸਏ ਦਾ ਸਭੇ ਪਿਆਰੇ ਉਹਨਾਂ ਦਾ। ਲਓ ਵੇਖੋ ਸਾਹਮਣੇ ਵੀ ਨੌਜਵਾਨ ਰਿੰਕੂ ਖਰੇਂਟੀ ਵਾਲਾ ਤੇ ਨਾਲ ਹੀ ਹੋ ਦੇਖਦਾ ਵੀ ਭੱਜ ਕੇ ਲੱਤੀ ਲੱਗਿਆ ਸੀਪਾ ਗੁਰਮਾ ਦੀ ਧਰਤੀ ਦਾ ਹੋ ਗਈ ਬੱਲੇ 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 ਇੱਕ ਵਾਰੀ ਤਾੜੀ ਮਾਰ ਦੋ ਉਹ ਭਾਓ ਸੀਪਿਆ ਮੇਲਾ ਲੁੱਟ ਗਈ ਪੁੱਤਰਾ ਏ ਬੱਲੇ 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 ਵਾਹ। ਇਹ ਆ ਕਹਿੰਦੇ ਗੁਰਮਾ ਵਾਲੇ ਭਾਊ ਦਾ ਚੰਡਿਆ ਹੋਇਆ ਮੇਰੇ ਮਿੱਤਰੋ। ਲਓ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਕਬੱਡੀ ਲਾਈਵ 13-13 ਦੇ ਉੱਤੇ ਅੱਜ ਦੁਨੀਆ ਲਾਈਵ ਵੇਖ ਰਹੀ ਹੈ, ਲਾਈਵ 13-13 ਦੇ ਉੱਤੇ ਦੁਨੀਆ ਲਾਈਵ ਵੇਖ ਰਹੀ ਹੈ ਔਰ ਸਾਰੀ ਸੰਗਤ ਜਿੰਨੀ ਵੀ ਪੁੱਜੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਬਾਈ ਜੀ ਪਾਣੀ ਨਹੀਂ ਪੁੱਜਿਆ, ਖਿਡਾਰੀ ਜਿਹੜੇ ਉਹ ਮੰਗ ਕਰ ਰਹੇ ਹੈ, ਸਾਡੀ ਬੇਨਤੀ ਹੈ ਵੀ ਜਲਦੀ ਪਾਣੀ ਖੇਡ ਮੈਦਾਨ ਦੇ ਵਿੱਚ ਪਹੁੰਚਦਾ ਕਰ ਦਿਓ। ਲਓ ਸਾਹਮਣੇ ਪਈ ਸੀ ਕਬੱਡੀ, ਮੈਂ ਵੇਖਦਾ ਵੀ ਹੁਣ ਚਾਰ ਜਾਫੀਆਂ ਦੇ ਵਿੱਚੋਂ ਕੌਣ ਜਫਾ ਲਾਵੇਗਾ, ਐ ਵੀ ਮੇਲਿਆ ਜਾਂ ਫਿਰ ਮਹਾਵੀਰ ਬਣਸੀਕਰੀ ਦੀ ਧਰਤੀ ਦਾ ਭਾਜੀ ਮੋੜਦਾ ਹੈ। ਉੱਠ 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 ਦੂਸਰੇ ਪਾਸੇ ਹੋ ਗਈ ਬੱਲੇ 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 ਵਾਹ। ਬਈ ਸਵਾਦ ਆ ਗਿਆ ਮੁੰਡਿਆਂ ਨੇ ਕਹਿੰਦੇ ਵੀ ਪਹਿਲੇ ਹੀ ਮੈਚ ਹਜੇ ਤੇ ਪਹਿਲੇ ਹੀ ਹਾਫ ਤੇ ਪਹਿਲੇ ਹੀ ਮਿੰਟ ਐਨ ਕਰੰਟ ਕੱਢਣ ਵਾਲੀ ਗੱਲ ਕੀਤੀ ਹੈ। ਲਓ ਦੂਸਰੇ ਪਾਸੇ ਬੀਪੁਰ ਦੀ ਬੋਪੁਰ ਦੀ ਧਰਤੀ ਦਾ ਪ੍ਰਵੀਰ ਕਬੱਡੀ ਪਾ ਰਿਹਾ ਹੈ ਤੇ ਦੂਸਰੇ ਬੰਨੇ ਵੇਖਦਾ ਵੀ ਹੁਣ ਜੀਤ ਕੋਟਲੀ ਵਾਲਾ ਜ਼ਿਲ੍ਹੇ ਬਠਿੰਡੇ ਦਾ ਹੂਟਰ ਦੇ ਮਾਈਕ ਲਾ ਦਿਓ ਜੀ, ਕਹਿੰਦੇ ਆਵਾਜ਼ ਘੱਟ ਹੈ, ਮਾਈਕ ਜਿਹੜਾ ਲਾ ਦਿੱਤਾ ਜਾਵੇ, ਬੇਨਤੀ ਹੈ ਵੀ ਹੂਟਰ ਦੇ ਥੋੜੀ ਆਵਾਜ਼ ਜਿਹੜੀ ਘੱਟ ਹੈ। ਲਾਓ ਵੇਖੋ ਮੋਟਾ ਆਓ ਤੇ ਸਾਹਮਣੇ ਦੇਖਦਾ ਵੀ ਸੰਗਤੇ ਖੇੜੇ ਵਾਲਾ ਡਬਲ ਟੱਚ ਹੋ ਗਿਆ ਤੇ ਪੁਆਇੰਟ ਇਸ ਲਈ ਕਹਿੰਦੇ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ ਪਾਓ ਰਵੀ ਕਬੱਡੀ। ਅੱਜ ਕਹਿੰਦੇ ਨੀਲੇ ਦੇ ਨਾਲ ਏਕ ਮੁੰਡਾ ਭਾਈਆਂ ਵਰਗਾ ਪਿਆਰ ਹੈ, ਅੱਜ ਸਪੈਸ਼ਲ ਸੱਦੇ ਉੱਤੇ ਖੇਡਣ ਪੁੱਜੇ ਹੈ ਇਸ ਧਰਤੀ ਦੇ ਉੱਤੇ। ਲਓ ਵੇਖੋ ਸਾਹਮਣੇ ਰਵੀ ਦੀ ਰੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਤੇ ਚਾਰ ਜਾਫੀਆਂ ਦੇ ਵਿੱਚੋਂ ਵੇਖਦਾ ਵੀ ਹੁਣ ਕੋਟਲੀ ਵਾਲਾ ਜਾਂ ਕਹਿੰਦੇ ਵੀ ਆਹ ਖਿਡਾਰੀ ਮੇਰੇ ਮਿੱਤਰੋ। ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਲਓ ਵੇਖੋ ਸਾਹਮਣੇ ਵੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ। ਲਓ ਸਾਹਮਣੇ ਚਾਰ ਜਾਫੀਆਂ ਦੇ ਵਿੱਚੋਂ ਵੇਖਦਾ ਵੀ ਹੁਣ ਅਮਨਾ ਉੱਥੋਂ ਅਮਨਿਆ ਰਵੀ ਦਾ ਵੀਰ ਤੇ ਦੂਸਰੇ ਪਾਸੇ ਬਿੱਲਾ। ਪੁਆਇੰਟ ਮੇਰੇ ਮਿੱਤਰੋ ਲਓ ਧਾਵੀ ਦੇ ਹਿੱਸੇ ਵਿੱਚ ਜੁੜਦਾ ਹੋਇਆ ਇੱਕ ਅੰਕ ਦਾ ਵਾਧਾ ਹੋ ਗਿਆ ਹੈ ਮਹਾਵੀਰ ਬਣਸੀਕਰੀ ਮਹਾਵਿਆਗਿਆ ਨੌਜਵਾਨ ਦੀਪਕ ਕਾਸ਼ੀਪੁਰੀਆ। ਲੈ ਵੀ ਹਠੂਰ ਵਾਲਿਆ ਆ ਮੁੰਡੇ ਨੂੰ ਪਿਛਲੇ ਮੇਲੇ 'ਚ ਜੱਫਾ ਨਹੀਂ ਲੱਗਿਆ ਪਰ ਇਸ ਵਾਰ ਵੇਖਣਾ ਵੀ ਕੱਦੀ ਸਹਿਣਿਆ ਵਾਲਾ ਪਰ ਪੁਆਇੰਟ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ ਦੀਪਕ ਕਾਸ਼ੀਪੁਰੀਆ ਆਪਣੀ ਟੀਮ ਦੇ ਹਿੱਸੇ ਕੰਕ ਦਾ ਵਾਧਾ ਕਰਦਾ ਹੋਇਆ ਇੱਕ ਪਾਸੇ ਮਹਾਰਾਣਾ ਪ੍ਰਤਾਪ ਕਲੱਬ ਮੀਰਪੁਰ ਔਰ ਦੂਸਰੇ ਪਾਸੇ ਕੈਥਲ। ਲਓ ਟੀਮਾਂ ਕਹਿੰਦੇ ਸਿਰੇ ਦਾ ਜ਼ੋਰ ਲਾ ਰਹੀਆਂ ਨੇ। ਲਓ ਸਾਹਮਣੇ ਪਈ ਸੋਨੀ ਘੁੰਨਸ ਵਾਲੇ ਦੀ ਰੇਡ ਤੇ ਹਲਕਾ ਟੱਚ ਔਰ ਪੁਆਇੰਟ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ ਲਓ ਕਹਿੰਦੇ ਰਿੰਕੂ ਖਰੰਟੀ ਆ ਗਿਆ ਕੈਨੇਡਾ ਦੇ ਪਿਛਲੇ ਸਾਲ ਦੇ ਕੈਨੇਡਾ ਕਬੱਡੀ ਕੱਪ ਦਾ ਬੈਸਟ ਰੇਡਰ। ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ 2018 ਦੇ ਕੈਨੇਡਾ ਕਬੱਡੀ ਕੱਪ ਦਾ ਬੈਸਟ ਰੇਡਰ ਇਸ ਵੇਲੇ ਕਬੱਡੀ ਪਾ ਰਿਹਾ
ਸਾਹਮਣੇ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਪੁਆਇੰਟ ਕਹਿੰਦੇ ਰਿੰਕੂ ਖਰੰਟੀ ਦੇ ਖਾਤੇ ਵਿੱਚ ਜੁੜਦਾ ਹੋਇਆ ਬਾਬਾ ਨਾਰ ਸਿੰਘ ਜੀ ਵੀਰ ਯਾਦਗਾਰੀ ਕਬੱਡੀ ਕੱਪ ਲਓ ਜਿੱਥੇ ਆਪਾਂ ਵੇਖਦੇ ਵੀ ਇਹਨਾਂ ਸੂਰਮਿਆਂ ਦੇ ਮੁਕਾਬਲੇ ਖੇਡੇ ਜਾ ਰਹੇ ਨੇ ਭਾਵੇਂ ਬਾਰਿਸ਼ ਬਹੁਤ ਜ਼ਿਆਦਾ ਸੀ ਪਰ ਫੇਰ ਵੀ ਲਓ ਵੇਖੋ ਵੀ ਕਿਰਪਾ ਹੈ ਉਸ ਪਰਮਾਤਮਾ ਦੀ ਵੀ ਐਨ ਵਧੀਆ ਮੈਚ ਜਿਹੜੇ ਆਪਾਂ ਨੂੰ ਵੇਖਣ ਨੂੰ ਮਿਲ ਰਹੇ ਹੈ ਪੁਆਇੰਟ ਹਠੂਰ ਵਾਲਾ ਕਾਲਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਅਗਲੀ ਰੇਡ ਪਾਉਣ ਦੇ ਵਾਸਤੇ ਪ੍ਰਵੀਨ ਪੋਪਰ ਵਾਲਾ ਇਸ ਦੇ ਅੱਗੇ ਨੂੰ ਵਧਦਾ ਜਾ ਰਿਹਾ ਹੈ ਗੁਰਮਾ ਵਾਲੇ ਸੀਪੇ ਨੇ ਪਹਿਲਾਂ ਸਿਰੇ ਦਾ ਰੇਡਰ ਫੜਿਆ ਤੇ ਹੁਣ ਦੇਖਦਾ ਵੀ ਪਰ ਪਾਲੀ ਆਪਣੀ ਟੀਮ ਦੇ ਹਿੱਸੇ ਕੰਕ ਦਾ ਵਾਧਾ ਕਰਦਾ ਹੋਇਆ ਪ੍ਰਵੀਨ ਦੋਨੋਂ ਅਗਲੇ ਮੁਕਾਬਲੇ ਦੀਆਂ ਟੀਮਾਂ ਜਿੱਥੇ ਵੀ ਆਵਾਜ਼ ਨੂੰ ਸੁਣਦੀਆਂ ਨੇ ਉਹ ਵੀ ਤਿਆਰ ਰਹਿਣਗੀਆਂ ਕਲਸੀਆਂ ਲੁਧਿਆਣਾ ਤੇ ਨਾਲ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਕੈਥਲ ਟੀਮਾਂ ਵੀ ਤਿਆਰ ਰਹਿਣਗੀਆਂ ਲਓ ਸਾਹਮਣੇ ਵੇਖਦਾ ਵੀ ਹੁਣ ਲੱਗਾ ਹੋਇਆ ਜੱਫਾ ਇਹ ਕੌਣ ਹੈ ਹੁਣ ਵੇਖਦਾ ਵੀ ਕਿਹਨੇ ਪੁੱਠੀ ਮਾਰੀ ਉੱਧਰ ਬਬਲੂ ਸੰਤੇ ਖੇੜੇ ਵਾਲਾ ਲਓ ਇਹ ਜੱਫਾ ਕਹਿੰਦਾ ਬਲਵੇੜੇ ਵਾਲਾ ਬਿੱਲਾ ਵੀ ਜਿਸ ਖਿਡਾਰੀ ਦੇ ਉੱਤੇ ਕਹਿੰਦੇ ਜਲਾਲਪੁਰੀਆ ਪਾਲਾ ਮਾਨ ਕਰਦਾ ਹੈ ਜਲਾਲਪੁਰੀਆ ਪਾਲਾ ਮਾਨ ਕਰਦਾ ਹੈ ਔਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਬਿੱਲਾ ਬਲਵੇੜੇ ਵਾਲਾ ਅਗਲੀ ਰੇਡ ਰਵੀ ਦੀ ਹੁਣ ਪੈਣ ਜਾ ਰਹੀ ਹੈ ਰਵੀ ਗੁੱਜਰ ਦੀ ਕਬੱਡੀ ਹੈ ਸਾਹਮਣੇ ਦੇਖਦਾ ਵੀ ਹੁਣ ਚਾਰਾਂ ਵਿੱਚੋਂ ਹਠੂਰ ਵਾਲਿਆ ਪਰ ਆ ਬਾਈ ਨੂੰ ਪੁੱਛੋ ਠੀਕ ਹੈ ਇਹ ਟੇਢਾ ਟੇਢਾ ਜਿਹਾ ਤੁਰਦਾ ਆ ਗਰਦਨ ਹਿਲਾਉਂਦਾ ਦੇਖੀ ਠੀਕ ਆ ਵੀਰ ਲਓ ਦੂਸਰੇ ਪਾਸੇ ਇੱਕ ਵਾਰੀ ਫੇਰ ਬਿੱਲਾ ਬਿੱਲਾ ਤੇ ਬਿੱਲਾ ਬਿੱਲਾ ਤੇ ਬਿੱਲਾ ਬਿੱਲਾ ਤੇ ਬਿੱਲਾ ਦੋਹੇ ਬਿੱਲੇ ਇੱਕ ਬਿੱਲਾ ਗੁਰਮਾ ਵਾਲਾ ਤੇ ਦੂਸਰੇ ਪਾਸੇ ਬਿੱਲਾ ਬਲਵੇੜੇ ਵਾਲਾ ਹੋ ਗਈ ਬੱਲੇ 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 ਏ ਲਓ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਦੀਪਕ ਕਾਸ਼ੀਪੁਰੀਆ ਲਓ ਰੇਡ ਦੇ ਉੱਤੇ ਦੀਪਕ ਕਾਸ਼ੀਪੁਰੀਆ ਰੇਡ ਦੇ ਉੱਤੇ ਸਾਹਮਣੇ ਵੇਖਦਾ ਵੀ ਹੁਣ ਚਾਰਾਂ ਵਿੱਚੋਂ ਕੌਣ ਜੱਫਾ ਲਾਵੇਗਾ ਐਨ ਕਹਿੰਦੇ ਕੱਦੀ ਸੇਣਿਆ ਵਾਲਾ ਕੱਦੀ ਉੱਠ ਕੱਦੀ ਤੇ ਪੁਆਇੰਟ ਰੇਡਰ ਦਾ ਆ ਦੇਖਿਓ ਮੁੰਡੇ ਸੱਤ ਵਜੇ ਦੇਖਿਓ ਲਾ ਉਧਰ ਰੇਡ ਦੇ ਉੱਤੇ ਸੋਨੀ ਘੁਨਸ ਦੀ ਇਸ ਵੇਲੇ ਕਬੱਡੀ ਪੈ ਰਹੀ ਆ ਮੇਰੇ ਮਿੱਤਰੋ ਸਾਹਮਣੇ ਚਾਰ ਜਾਫੀ ਐਨ ਪੂਰੀ ਤਿਆਰੀ ਦੇ ਵਿੱਚ ਮੋਟਾ ਸੌਂਗਲ ਮੋਟਾ ਸੌਂਗਲ ਲਓ ਪੁਆਇੰਟ ਇਸ ਵੇ ਸੋਨੀ ਘੁਨਸ ਵਾਲਾ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਆ ਗਿਆ ਰਿੰਕੂ ਖਰੰਟੀ ਇਸ ਵੇ ਕਬੱਡੀ ਪਾਉਣ ਵੇਲੀ ਮੇਰੇ ਮਿੱਤਰੋ ਉਧਰ ਵੇਖਦਾ ਵੀ ਹੁਣ ਪੰਜਾਬ ਦੀ ਧਰਤੀ ਹੈ ਮਹਾਰਾਜਾ ਪ੍ਰਤਾਪ ਕਲੱਬ ਮੀਰਪੁਰ ਚਾਰ ਜਾਫੀ ਨੇ ਚਾਰਾਂ ਵਿੱਚੋਂ ਕੌਣ ਇਸ ਵੇ ਜੱਫਾ ਲਾਵੇਗਾ ਕੋਟਲੀ ਦਾ ਜੀਤ ਤੇ ਖਰੰਟੀ ਵਾਲਾ ਰਿੰਕੂ ਕਬੱਡੀ ਦੇ ਦੋ ਮਹਾਰਥੀ ਮੇਰੇ ਮਿੱਤਰੋ ਕਬੱਡੀ ਦੇ ਦੋ ਮਹਾਰਥੀ ਏ ਹੁਣ ਮੁਕਾਬਲਾ ਕੀ ਕਹਿੰਦਾ ਕਲਸੀਆਂ ਵਰਸਦ ਬੇਨਤੀ ਹੈ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਕੈਥਲ ਇਹ ਟੀਮਾਂ ਤਿਆਰ ਰਹਿਣਗੀਆਂ ਆਜ਼ਾਦ ਸਾਊਂਡ ਸਾਡੇ ਵੀਰਾਂ ਦੀ ਬਹੁਤ ਹੀ ਵਧੀਆ ਸਾਊਂਡ ਹੈ ਬੇਨਤੀ ਹੈ ਥੋੜ੍ਹੀ ਜਿਹੀ ਆਵਾਜ਼ ਖੋਲ ਦਿਓ ਤੇ ਥੋੜ੍ਹੀ ਜਿਹੀ ਇੱਕੋ ਦੇ ਦਿਓ ਬੜੀ ਪਿਆਰੀ ਸਾਊਂਡ ਹੈ ਅੱਜ ਇਸ ਮੈਦਾਨ ਦੇ ਵਿੱਚ ਆਪਾਂ ਵੇਖਦੇ ਵੀ ਪਹਿਲਾ ਹੀ ਮੈਚ ਬੜਾ ਸ਼ਾਨਦਾਰ ਖੇਡਿਆ ਜਾ ਰਿਹਾ ਹੈ ਦੋਨੇ ਟੀਮਾਂ ਦੇ ਦਰਮਿਆਨ ਐਨ ਸਿਰੇ ਦੀ ਟੱਕਰ ਹੈ ਤੇ ਬਾਪੁਰ ਦਾ ਪ੍ਰਵੀਨ ਇਸ ਨੇ ਕਬੱਡੀ ਪਾ ਰਿਹਾ ਹੈ ਉਧਰੋਂ ਚਾਰਾਂ ਵਿੱਚੋਂ ਵੇਖਦਾ ਵੀ ਹੁਣ ਕੌਣ ਮੇਰੇ ਮਿੱਤਰੋ ਘੱਦੀ ਸਹਿਣੇ ਵਾਲਾ ਸਾਹਮਣੇ ਹੈ ਲਓ ਵੇਖਦਾ ਵੀ ਹੁਣ ਡੀ ਦੇ ਉੱਤੇ ਮੁਕਾਬਲਾ ਉਧਰ ਦਰਸ਼ਕ ਵੀ ਅੰਦਾਜ਼ਾ ਲਾਉਂਦੇ ਨੇ ਵੀ ਕਿਹੜਾ ਖਿਡਾਰੀ ਪੁਆਇੰਟ ਲੈ ਕੇ ਜਾਵੇਗਾ ਲੈ ਵੀ ਸਮਾਂ ਬੀਤਦਾ ਬੀਤਦਾ ਪਰ ਪੁਆਇੰਟ ਰੇਡਰ ਦੇ ਹਿੱਸੇ ਪ੍ਰਵੀਨ ਬਹੁਤਪੁਰ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀਆਂ ਟੀਮਾਂ ਜਲਦੀ ਦੇ ਨਾਲ ਕਲਸੀਆਂ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਕੈਥੋ ਇਹ ਟੀਮਾਂ ਤਿਆਰ ਰਹਿਣਗੀਆਂ ਜਲਦੀ ਖੇਡ ਮੈਦਾਨ ਦੇ ਲਾਗੇ ਪੁੱਜਣਗੀਆਂ ਕਲਸੀਆਂ ਵਰਸਿਸ ਕੈਥੋ ਦੋਨੋਂ ਟੀਮਾਂ ਨੂੰ ਬੇਨਤੀ ਹੈ ਵੀ ਉਹ ਤਿਆਰ ਬਰ ਤਿਆਰ ਖੇਡ ਮੈਦਾਨ ਦੇ ਲਾਗੇ ਪੁੱਜਣਗੀਆਂ ਬਿੱਲਾ 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 ਬਲਵੇੜੇ ਵਾਲਾ
ਤੇ ਦੂਸਰੇ ਪਾਸੇ ਵੇਖਦਾ ਵੀ ਹੁਣ ਕਹਿੰਦੇ ਵੀ ਐਨ ਰੇਡਰਾਂ ਦੇ ਵਿੱਚ ਸ਼ਿੰਦਾ ਮੇਰੇ ਮਿੱਤਰੋ, ਪਰ ਪੁਆਇੰਟ ਇਸ ਵੀ ਸ਼ਿੰਦੇ ਦੇ ਹਿੱਸੇ ਜੁੜਦਾ ਹੋਇਆ। ਇਹ ਵੀ ਪਹਿਲਾ ਮੈਚ ਬੜਾ ਸ਼ਾਨਦਾਰ ਖੇਡੇ ਜਾ ਰਹੇ ਹੈ। ਬਾਬਾ ਤਾਰ ਸਿੰਘ ਜੀ ਵੀਰ ਪ੍ਰਬੰਧਕੀ ਕਮੇਟੀ ਹੈ ਅੱਜ ਵਧਾਈ ਦੀ ਪਾਤਰ ਹੈ, ਕਹਿੰਦੇ ਵੀ ਜਿਹੜੇ ਮੈਚ ਕਰਵਾ ਰਹੇ ਨੇ ਬੜੇ ਸ਼ਾਨਦਾਰ ਖੇਡੇ ਜਾ ਰਹੇ ਨੇ। ਧੰਨਵਾਦ ਕਰਦੇ ਹਾਂ ਔਰ ਉਹਨਾਂ ਦੇ ਵੱਲੋਂ ਤੇ ਇਧਰ ਪੁਆਇੰਟ ਮੋਹਰੀ ਲਾਈਨਾਂ ਜਿਹੜੀ ਕਲੀ ਪਈ ਹੋਈ ਹੈ। ਇਹ ਮੈਚ ਫਸਟ ਟੱਚ ਸਿਸਟਮ ਆ ਜੀ, ਸਰ ਫਸਟ ਟੱਚ ਆ ਜੀ, ਫਸਟ ਟੱਚ। ਨਾ ਅਮਨਾ ਇੱਕ ਪਾਸੇ ਬਿੱਲਾ, ਬਿੱਲਾ ਤੇ ਅਮਨਾ ਰਵੀ ਦਾ ਵੀਰ ਹੋ ਦੇਖਣਾ ਵੀ ਦੋਰੇ ਵਾਲਾ ਐਨ ਫੜਿਆ ਹੋਇਆ ਕਿ ਇੱਕ ਵਾਰੀ ਮਾਰ ਦਿਓ ਤਾੜੀ ਹੋ ਗਈ ਬੱਲੇ 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 ਆਓ ਮੇਰਿਆ ਰੱਬਾ ਤੇ ਮੁਕਾਬਲਾ ਹੋਰ ਕਹਿੰਦੇ ਹੰਦੇ ਦੂਰ ਹੁੰਦੇ ਜਾ ਰਹੇ ਨੇ, ਹੰਦੇ ਦੂਰ ਹੁੰਦੇ ਜਾ ਰਹੇ ਨੇ ਤੇ ਪੁਆਇੰਟ ਵੇਖਦਾ ਵੀ ਕਿਹਦੇ ਹਿੱਸੇ ਵਿੱਚ ਜੁੜਦਾ। ਤਾੜੀਆਂ ਵੱਜੀਆਂ ਨੇ ਤੇ ਪੁਆਇੰਟ ਅਮਨੇ ਦੇ ਹਿੱਸੇ ਜੁੜਦਾ ਹੋਇਆ ਦੋਹਰੇ ਵਾਲੇ ਦੇ। ਇਹ ਵੀ ਕਹਿੰਦੇ 19 ਕੁ ਸਾਲ ਦਾ 18 ਕੁ ਸਾਲਾਂ ਦਾ ਸਿਰੇ ਦਾ ਖਿਡਾਰੀ ਕਬੱਡੀ ਦਾ ਅੱਜ ਪੂਰਾ ਨਾਮ ਹੈ ਤੇ ਉੱਧਰ ਹੋਰ ਜੱਫਾ ਲਾਉਣਾ ਪੈਣਾ ਹਥੂਰ ਵਾਲਿਆ, ਫਰਨਾ ਤਿਆਰੀ ਦੇਖੀ ਜਾਂਦੀ ਹੈ। ਇੱਧਰ ਆ ਗਿਆ ਖਰੇਂਟੀ ਵਾਲਾ ਕਬੱਡੀ ਪਾਉਣ ਲਈ, ਚਾਮ ਜਾਫੀਆਂ ਦੇ ਵਿੱਚ ਹੁੰਦਾ ਖੜਕਾ ਦੜਕਾ, ਕੌਣ ਲਾਉਂਦਾ ਜੱਫਾ ਜੀਤ ਕੋਟ ਲਈ ਪੈ ਗਿਆ ਟੁੱਟ ਕੇ ਦੇਖੀ ਜਾਂਦੀ, ਭਰ ਲਿਆ ਕਲਾਵਾ ਹੋ ਗਈ ਬੱਲੇ 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 ਮੈਦਾਨ ਦੇ ਵਿੱਚ ਸਮਾਂ ਕੀ ਕਹਿੰਦਾ ਇਹ ਮਾਰ ਦਿਓ ਤਾੜੀਆਂ ਅੜ ਗਿਆ ਸਾਰ ਜੱਟ ਪਰ ਮੁੰਡਾ ਮੱਛੀ ਵਾਂਗੂ ਇਹ ਮੱਛੀ ਵਾਂਗੂ ਤਿਲਕਿਆ, ਮੱਛੀ ਵਾਂਗੂ ਤਿਲਕਿਆ ਮੁੰਡਾ। ਪੁਆਇੰਟ ਲੈ ਗਿਆ ਆਪਣੀ ਟੀਮ ਦੇ ਹਿੱਸੇ ਦੇ ਵਿੱਚ, ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ। ਲਓ ਸੋਨੀ ਆ ਗਿਆ ਘੁੰਨਸ ਵਾਲਾ, ਸੋਨੀ ਘੁੰਨਸ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਅੱਗੇ ਨੂੰ ਵਾਧਾ ਹੋਇਆ। ਸੋਨੀ ਵੀ ਪਈ ਸੀ ਕਬੱਡੀ ਉੱਤੇ ਮੋਟਾ, ਕਹਿੰਦਾ ਹਰਜੋ ਪਿੱਛੇ ਮੈਂ ਕਰਦਾ ਮੇਰੇ ਹੱਥ ਆਹ ਭੱਜਿਆ ਜਾਂਦਾ ਨਾਂ ਦਾ ਬੱਬਰ ਸ਼ੇਰ ਪੁੱਤ ਜਰਮਨ ਤੋਂ ਗੋਰਾ ਮੁੰਡਾ ਜੀ ਨੇ ਹੁਣ ਲੈ ਕੇ ਆਇਆ ਨੰਬਰ। ਸਾਡੇ ਹਰਭਜਨ ਸਿੰਘ ਜੀ ਸੇਖੋ ਜਰਮਨ ਵਾਲੇ ਉਹਨਾਂ ਵੱਲੋਂ 100 ਰੁਪਈਆ ਕੋ ਸਾਹਿਬ ਆ ਫੜਿਓ, ਕਿਹੜਾ ਰਿੰਕੂ ਖਰੰਟੀ ਦਾ, ਰਿੰਕੂ ਖਰੰਟੀ ਦਾ 100 ਰੁਪਈਆ, 500 ਰੁਪਈਆ ਸੁਰਜੀਤ ਸਾਹਮਣੇ ਸੋਨੀ ਸਾਮਾ ਸੋਨੀ ਸਾਮਾ ਅਬੂ ਸਾਮਾ ਸੁਰਜੀਤ ਸਾਮਾ ਸੋਨੀ ਸਾਮਾ ਅਬੂ ਸਾਮਾ ਤੇ ਸੁਰਜੀਤ ਸਾਮਾ ਯੂਐਸਏ। ਮਲਕੀਤ ਕੁਮਾਰ ਕੈਨੇਡਾ, ਮਲਕੀਤ ਕੁਮਾਰ ਜੀ ਕੈਨੇਡਾ, ਉਹਨਾਂ ਵੱਲੋਂ ਵੱਡੇ ਮਾਨ ਜਿਹੜੇ ਪੌਦੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਲਓ ਸਾਹਮਣੇ ਵੇਖ ਲਓ ਉੱਧਰ ਕੀ ਬਣ ਗਿਆ, ਹਰ ਰਵੀ ਦੋਹਰੇ ਦੀਆਂ ਕਹਿੰਦੇ ਵੀ ਦੋ ਕਬੱਡੀਆਂ ਦੇ ਉੱਤੇ 500 ਅਬੂ ਸਾਮਾ ਸੋਨੂ ਸਾਮਾ ਤੇ ਨਾਲ ਕਹਿੰਦੇ ਸੁਰਜੀਤ ਸਿੰਘ ਜੀ ਸਾਮਾ ਯੂਐਸਏ, ਉਹਨਾਂ ਦੀ ਤਰਫੋਂ ਕਹਿੰਦੇ ਵੀ ਦੋ ਕਬੱਡੀਆਂ 500 ਦੀਆਂ ਪੈਣਗੀਆਂ ਤੇ ਪਹਿਲੀ ਪੈ ਗਈ ਹੈ ਤੇ ਪਹਿਲੀ ਪੈ ਗਈ ਮੇਰੇ ਮਿੱਤਰੋ। ਲਾ ਫਿਰ ਦੇਖਦਾ ਵੀ ਐਨ ਸਿਰੇ ਦੀ ਟੱਕਰ, ਸਿਰੇ ਦੀ ਟੱਕਰ, ਸਿਰੇ ਦੀ ਟੱਕਰ ਹੋਈ ਪਈ ਹੈ ਹਠੂਰ ਵਾਲਾ ਤੇ ਦੂਸਰੇ ਪਾਸੇ। ਆਓ ਪੁਆਇੰਟ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ ਹੈ, ਪੁਆਇੰਟ ਰੇਡਰ ਦੇ ਹਿੱਸੇ, ਇੱਕ ਕਬੱਡੀ ਬਾਕੀ ਰਵੀ ਦੀ ਤੇ ਇੱਕ ਕਬੱਡੀ ਬਾਕੀ ਹੈ। ਇੱਧਰ ਅਗਲੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਤਿਆਰ ਰਹਿਣਗੀਆਂ ਅਗਲੀਆਂ ਟੀਮਾਂ ਦੇ ਖਿਡਾਰੀ ਜਿੱਥੇ ਵੀ ਆਵਾਜ਼ ਨੂੰ ਸੁਣਦੇ ਨੇ, ਔਰ ਸਾਡੇ ਵੀਰ ਜੀ ਨੇ ਵੱਡੇ ਮਾਣ ਪੌਦੇ ਕੀਤੇ ਸੀ, ਧੰਨਵਾਦ ਕਰਦੇ ਹਾਂ। ਲਓ ਆ ਗਿਆ ਮੁੰਡਾ ਸ਼ਿੰਦਾ ਤੇ ਦੂਸਰੇ ਪਾਸੇ ਵੇਖਦਾ ਵੀ ਹੁਣ ਚਾਰਾਂ ਵਿੱਚੋਂ ਮੇਲਾ ਬਲਵੇੜੇ ਵਾਲਾ ਵੀ ਜਾਫਲੈਂਡ ਦੇ ਵਿੱਚ ਹੈ, ਬਿੱਲਾ ਵੀ ਹੈ ਤੇ ਨਾਲ ਕਹਿੰਦੇ ਵੀ ਮਹਾਂਵੀਰ ਵਡਸੀਕਰੀ ਦਾ
ਔਰ ਨਾਲ ਮੋਟਾ ਸੌਂਗਲ ਵਾਲਾ ਉਹ ਨਹੀਂ ਦੀ ਸਰ ਤੇਰੀਆਂ ਛੰਦਿਆ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਆ ਵੇਖੋ ਮੁੰਡਾ ਅਨਿਲ ਦੇਵਰ ਵਾਲਾ ਜਿਵੇਂ ਕੁੜੀਆਂ ਬੋਲੀ ਪਾਉਂਦੀਆਂ ਹੁੰਦੀਆਂ ਵੀ ਪਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਫੱਟੀ ਗੁਲਾਬੋ ਨਿੱਕਾ ਜਿਹਾ ਮੈਂ ਮਾਝੇ ਦੀ ਜੱਟੀ ਗੁਲਾਬੋ ਨਿੱਕਾ ਜਿਹਾ ਆਹ ਆ ਗਿਆ ਵੇਖੋ ਤਿੱਖਾ ਬੜਾ ਹੈ ਪਰ ਚਾਰ ਜਾਫੀਆਂ ਦੇ ਵਿੱਚ ਉਹ ਕਹਿੰਦੇ ਗੱਦੀ ਸੇਣਿਆ ਵਾਲਾ ਆਹ ਦੇਖੋ ਲੈਂਦਾ ਨੱਕਰਾ ਨਾਪ ਝਾਂਜਰ ਬੜੀ ਮਸ਼ਹੂਰ ਹੈ ਔਰ ਪੁਆਇੰਟ ਇਸ ਵੇ ਜਾਫੀ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਜਾਫੀ ਦੇ ਹਿੱਸੇ ਵਿੱਚ ਜੁੜਦਾ ਹੋਇਆ ਬੜਾ ਸ਼ਾਨਦਾਰ ਮੈਚ ਬਾਬਾ ਨਾਰ ਸਿੰਘ ਜੀ ਵੀਰ ਯਾਦਗਾਰੀ ਕਬੱਡੀ ਕੱਪ ਮੇਰੇ ਮਿੱਤਰੋ ਹਰ ਸਾਲ ਦੀ ਤਰ੍ਹਾਂ ਲਓ ਵੇਖੋ ਸਾਹਮਣੇ ਵੀ ਸਿਰੇ ਦੇ ਮੈਚ ਖੇਡੇ ਜਾ ਰਹੇ ਨੇ ਮੈਂ ਵੀ ਹੁਣ ਪਈ ਹੋਈ ਧੁੰਸ ਵਾਲੇ ਸੋਨੀ ਦੀ ਰੇਡ ਹੈ ਤੇ ਚਾਰਾਂ ਵਿੱਚੋਂ ਵੇਖਦਾ ਵੀ ਹੁਣ ਗੌਰ ਪੁਆਇੰਟ ਇਸ ਵੇ ਸੋਨੀ ਸੋਨੀ ਘੁੰਨਸ ਵਾਲਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਲਓ ਪ੍ਰਵੀਨ ਬਾਪਰ ਵਾਲਾ ਇਸ ਵੇ ਰੇਡ ਪਾਉਣ ਦੇ ਲੱਗੇ ਨੂੰ ਵਾਧਾ ਹੋਇਆ ਪ੍ਰਵੀਨ ਬਾਪਰ ਦੀ ਧਰਤੀ ਦਾ ਕਿ ਜਿਹਨੇ ਹੋਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੈ ਚਾਰ ਜਾਫੀਆਂ ਦੇ ਵਿੱਚੋਂ ਵੇਖਦਾ ਵੀ ਹੋਰ ਮਹਾਰਾਣਾ ਪ੍ਰਤਾਪ ਕਬੱਡੀ ਕਲੱਬ ਮੀਰਪੁਰ ਦੀ ਟੀਮ ਦਾ ਖਿਡਾਰੀ ਕਹਿੰਦੇ ਸੀਪਾ ਗੁਰਮਾ ਵਾਲਾ ਮੈਚ ਆਪਾਂ ਕਰਵਾ ਲਈ ਇੱਧਰ ਪਿੱਛੇ ਮੈਨੂੰ ਕਾਲੀ ਘੱਡਾ ਜੀ ਵੀ ਨਜ਼ਰ ਆ ਰਹੀ ਹੈ ਮੈਂ ਵੀ ਪਿੱਛੇ ਰੋ ਜਾਓ ਪਹਿਲਾਂ ਉਹ ਬੈਠਾ ਕਰ ਦੇਣਾ ਹਜੇ ਤੱਕ ਮਿਲੀ ਜਾਂਦਾ ਅੱਧਾ ਸਮਾਂ ਜੀ ਅੱਧਾ ਸਮਾਂ ਹੋ ਗਿਆ ਚੱਲਦੇ ਮੈਂ ਤਾਂ ਲੈ ਸਕੋਰ ਦੱਸਾਂਗੇ ਤੁਹਾਨੂੰ ਦਰਸ਼ਕ ਵੀ ਜੋ ਮੈਂ ਪਹਿਲਾਂ ਵੀ ਕਿਹੜਾ ਹੁੰਦਾ ਵੀ ਜਦੋਂ ਸਾਡੇ ਉੱਧਰ ਬੈਲ ਗੱਡੀਆਂ ਭਾਜੀਆਂ ਬੈਲ ਗੱਡੀਆਂ ਤਾਂ ਝੱਲੀਆਂ ਵਾਲੇ ਮਾਸਟਰ ਜੀ ਕਹਿੰਦੇ ਹੁੰਦੇ ਵੀ ਆਪਣੇ ਕੰਨਾਂ ਤੋਂ ਦੁਪੱਟੇ ਚੱਕ ਲਓ ਗੱਡੀ ਦਾ ਟਾਈਮ ਸੁਣਨ ਵਾਲਾ ਆਪਣੇ ਕੰਨਾਂ ਤੋਂ ਦੁਪੱਟੇ ਚ ਸੁਣ ਲਓ ਮੈਚ ਦਾ ਰਿਜ਼ਲਟ ਸੁਣਨ ਵਾਲਾ ਹੈ ਕੈਥਲ ਦੇ ਪੁਆਇੰਟ ਨੇ 18 ਮਹਾਰਾਣਾ ਪ੍ਰਤਾਪ ਕਲੱਬ ਮੀਰਪੁਰ ਦੇ ਪੁਆਇੰਟ ਨੇ 18.5 ਉਧਰ ਸਾਡੇ ਵੀਰ ਮੌਜ ਸਿੰਘ ਜੀ ਸਾਮਾ ਵੱਡੇ ਮਾਨ ਜਿਹੜੇ ਪੁੱਜਦੇ ਕਰਦੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੌਜ ਸਿੰਘ ਜੀ ਸਾਮਾ ਲਓ ਸਾਈਡਾਂ ਚੇਂਜ ਹੋਈਆਂ ਨੇ ਸਾਈਡਾਂ ਚੇਂਜ ਹੋਈਆਂ ਨੇ ਨਾਲ ਬਚ ਲੈਣਾ ਖੁੱਲੇ ਨਹੀਂ ਮਾਂਗਾ ਰਾਮ ਜੀ ਸਾਡੇ 200 ਰੁਪਏ ਦੇ ਵੱਡੇ ਮਾਨ ਜਿਹੜੇ ਪੁੱਜਦੇ ਕਰਦੇ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਉਧਰ ਇੱਕ ਵਾਰੀ ਫੇਰ ਸਾਡੀ ਕਹਿੰਦੇ ਜੋ ਲੰਗਰ ਕਮੇਟੀ ਜਿਹੜਾ ਲੰਗਰ ਦਾ ਸਾਰਾ ਖਰਚ ਕੀਤਾ ਗਿਆ ਮਾਨ ਸਿੰਘ ਜੀ ਸਾਮਾ ਉਹਨਾਂ ਦੇ ਪਰਿਵਾਰ ਦੇ ਵੱਲੋਂ ਰਣਜੀਤ ਸਾਮਾ ਸ਼ੇਰ ਸਿੰਘ ਸਾਮਾ ਅਮਰੀਕ ਰਜਿੰਦਰ ਮੁਖਤਿਆਰ ਪੰਕਜ ਕੁੰਦਨ ਸਾਮਾ ਇਹਨਾਂ ਸਾਰੇ ਭਰਾਵਾਂ ਦੇ ਵੱਲੋਂ ਕਹਿੰਦੇ ਲੰਗਰ ਕਮੇਟੀ ਜਿਹੜਾ ਲੰਗਰ ਦਾ ਸਾਰਾ ਖਰਚਾ ਸਾਮਾ ਪਰਿਵਾਰ ਦੇ ਵੱਲੋਂ ਕੀਤਾ ਗਿਆ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਮਾਨ ਸਿੰਘ ਸਾਮਾ ਹੋਰਾਂ ਦੇ ਪਰਿਵਾਰ ਦਾ ਔਰ ਜਿਨ੍ਹਾਂ ਵੱਲੋਂ ਲੰਗਰ ਦੀ ਸੇਵਾ ਦਿੱਤੀ ਗਈ ਹੈ ਰਵੀ ਦੀ ਦੂਜੀ ਕਬੱਡੀ ਹੈ ਤੇ ਰੁਪਈਆ 500 ਹੈ ਰੁਪਈਆ 500 ਲੈ ਵੀ ਫੜ ਲਓ 500
ਬਈ ਐਸ ਐਫ ਕੋ ਸਾਹਿਬ ਆ ਰਵੀ ਦੇ ਪੈਸੇ ਫੜਿਓ। ਇਹ ਸਾਡੇ ਸੁਰਜੀਤ ਸਿੰਘ ਜੀ ਸਾਮਾ ਉਹਨਾਂ ਦੇ ਪਰਿਵਾਰ ਉਹਨਾਂ ਦੀ ਤਰਫੋਂ 500 ਦਾ ਸੀ ਤੇ ਬਾਕੀ ਪਲੇਅਰ ਸਾਈਡ ਤੇ ਜੋ ਹਠੂਰ ਵਾਲਾ ਕਾਲਾ ਆਪਣੀ ਟੀਮ ਦੇ ਇਸੇ ਕੰਕ ਦਾ ਵਾਧਾ ਕਰਦਾ ਹੈ। ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਲਾਗੇ ਪੁੱਜਣਗੀਆਂ ਕਿਉਂਕਿ ਬੱਦਲ ਫੇਰ ਚੜਿਆ ਹੁੰਦਾ ਹੈ। ਆਪਾਂ ਸਮੇਂ ਸਿਰ ਲੈ ਵੀ ਸਾਡੇ ਖੇੜੇ ਵਾਲੇ ਆ ਆਰ ਕਹਿੰਦੇ ਵੀ ਦੀਪਕ ਆ ਗਿਆ ਹੁਣ ਕਾਸ਼ੀਪੁਰ ਦੀ ਧਰਤੀ ਦਾ ਹੈ ਕੋਈ ਬੱਬਰ ਸ਼ੇਰ ਹੱਥ ਪਾਊਗਾ ਲਓ ਵੇਖਣਾ। ਉਹ ਕਹਿੰਦਾ ਹੱਟ ਪਿੱਛੇ ਕਿੱਥੇ ਪਾਉਂਦੀਆਂ ਤੇਰੀਆਂ ਤੇ ਪੁਆਇੰਟ ਕਾਸ਼ੀਪੁਰੀਆ ਲੈ ਗਿਆ ਦੀਪਕ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਅੰਕ ਦਾ ਵਾਧਾ ਕਰਦਾ ਹੋਇਆ। ਉਧਰ ਕਹਿੰਦੇ ਵੀ ਹੁਣ ਰੇਡ ਪਾਉਣ ਦੇ ਲਈ ਗਬਰੂ ਅੱਗੇ ਨੂੰ ਵਾਧਾ ਹੋਇਆ ਲਓ ਛਿੰਡੇ ਦੀ ਕਬੱਡੀ ਦੇ ਉੱਤੇ ਹੋ ਵੇਖਦਾ ਵੀ ਚਾਰ ਜਾਫੀਆਂ ਦੇ ਵਿੱਚੋਂ ਕੌਣ ਮੇਰੇ ਮਿੱਤਰੋ ਇਹ ਸਮੇਂ ਲਾਉਂਦਾ ਜੱਫਾ ਹਰਿਆਣੇ ਵਾਲਾ। ਅੱਧੇ ਸਮੇਂ ਤੱਕ ਅੱਧੇ ਨੰਬਰ ਦਾ ਫਰਕ ਸੀ ਅੱਧੇ ਨੰਬਰ ਤੇ ਕੈਥਲ ਦੀ ਟੀਮ ਅੱਗੇ ਸੀ ਪਰ ਹੁਣ ਵੇਖਦਾ ਵੀ ਕਹਿੰਦੇ ਕੀ ਗੱਲ ਬਣਦੀ ਹੈ ਮੇਰੇ ਮਿੱਤਰੋ ਪੁਆਇੰਟ ਕਿਹਦੇ ਹਿੱਸੇ ਜੁੜਦਾ ਪਰ ਮੁੰਡਾ ਪੱਬਾਂ ਦਾ ਛੋਲਾ ਭੱਜਿਆ ਜਾਂਦਾ ਢੀ ਦੇ ਉੱਤੇ ਮੁਕਾਬਲਾ ਹੋ ਗਿਆ ਹੋ ਗਿਆ ਪੁਆਇੰਟ ਇਸ ਵੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਲਓ ਸਾਹਮਣੇ ਕਬੱਡੀ ਹਠੂਰ ਵਾਲਿਆ ਉਹ ਦੁਨੀਆ ਪੁੱਛਦੀ ਆ ਵੀ ਹੁਣ ਜੱਫਾ ਕਦੋਂ ਗਲਾਊਗਾ। ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਹੈ ਹਠੂਰ ਦਾ ਏਕ ਮਨਜੀਤ ਸਿੰਘ ਪਰ ਦੂਸਰੇ ਪਾਸੇ ਇਹ ਆ ਕਹਿੰਦੇ ਪ੍ਰਵੀਨ ਬਹੁਪੁਰ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਵਾਧਾ ਕਰਦਾ ਹੋਇਆ। ਬੜਾ ਸ਼ਾਨਦਾਰ ਮੈਚ ਹੈ ਬਈ ਜਦੋਂ ਮੈਚ ਦਾ ਸਵਾਲ ਹੁੰਦਾ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਗਿਆ ਬਹੁਤ ਬਹੁਤ ਧੰਨਵਾਦ। ਉਧਰ ਸਾਡੇ ਪੁਰਾਣੇ ਕਬੱਡੀ ਖਿਡਾਰੀ ਵੀ ਬੈਠੇ ਕਹਿੰਦੇ ਵੀ ਜਿਹਨਾਂ ਨੇ ਇਸ ਨਗਰ ਦੇ ਲਈ ਧੁੰਮਾਂ ਪਾਈਆਂ ਨੇ ਮੇਰੇ ਮਿੱਤਰੋ ਲਓ ਸਾਹਮਣੇ ਵੇਖਦਾ ਵੀ ਹੁਣ ਵੇਖਦਾ ਕਹਿੰਦੇ ਨੌਜਵਾਨ ਦਿਓਰੇ ਵਾਲਾ ਆਮਨਾ ਰਵੀ ਦਾ ਛੋਟਾ ਵੀਰ ਹੈ 17 ਕੁ ਸਾਲ ਦੀ ਉਮਰ ਇੱਕ ਵਾਰੀ ਤਾੜੀ ਮਾਰ ਦੋ ਮੇਲਾ ਲੁੱਟ ਗਿਆ ਮੇਲਾ ਲੁੱਟ ਗਿਆ ਮੇਲਾ ਲੁੱਟ ਗਿਆ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ। ਬੜਾ ਸ਼ਾਨਦਾਰ ਬੜਾ ਜਾਨਦਾਰ ਮੈਚ ਖੇਡਿਆ ਜਾ ਰਿਹਾ ਹੈ ਦੋਵੇਂ ਟੀਮਾਂ ਦੇ ਦਰਮਿਆਨ। ਲਓ ਦੀਪਕ ਕਾਸ਼ੀਪੁਰੀਆ ਰਾਜੂ ਵੱਲੋਂ ਸਾਡੇ ਵੀਰ ਵੱਲੋਂ ਤੇ ਜੋਨੀ ਸਾਮੇ ਵੱਲੋਂ 300 ਰੁਪਈਆ ਕਹਿੰਦੇ ਵੀ ਇਹ ਆਪਣੇ ਦੋਹਰੇ ਵਾਲੇ ਦਾ ਆ ਗਿਆ ਹੈ ਆਪਣੇ ਦੋਹਰੇ ਵਾਲੇ ਦਾ। ਨਾਲ ਦੇਖੋ ਸਾਹਮਣੇ ਹਠੂਰ ਦੀ ਧਰਤੀ ਦਾ ਤੇ ਪੁਆਇੰਟ ਇਸ ਵੇ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ ਇੱਕ ਅੰਕ ਦਾ ਵਾਧਾ ਹੋ ਗਿਆ। ਆ ਗਿਆ ਰਵੀ ਦਿਓਰੇ ਵਾਲਾ ਰੇਡ ਪਾਉਣ ਦੇ ਲਈ ਉਧਰ ਹੁਣ ਚਾਰਾਂ ਵਿੱਚੋਂ ਕੌਣ ਜੱਫਾ ਲਾਵੇਗਾ ਮੇਰੇ ਮਿੱਤਰੋ ਔਰ ਸਾਡੇ ਨਰਿੰਦਰ ਸਿੰਘ ਜੀ ਸੇਖੋ ਸਾਹਿਬ ਵੱਡੇ ਮਾਂ ਇਹਨਾਂ ਬੋਲਾਂ ਦੇ ਲਈ ਪੁੱਜਦੇ ਕਰਦੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਔਰ ਕਹਿੰਦੇ ਵੀ ਇਸ ਨਗਰ ਦੇ ਵਿੱਚ ਬੜਾ ਪਿਆਰ ਸਤਿਕਾਰ ਮਿਲਦਾ ਮੇਰੇ ਵੀਰੋ ਲਗਾਤਾਰ 4 ਸਾਲ ਤੋਂ ਬਣਿਆ ਹੋਇਆ ਇਹਨਾਂ ਭਰਾਵਾਂ ਦਾ। ਸਾਹਮਣੇ ਵੇਖਦੇ ਆ ਵੀ ਕਬੱਡੀ ਪਾਉਣ ਦੇ ਲਈ ਹੁਣ ਵੇਖਦਾ ਵੀ ਮੱਥਾ ਟੇਕਦਾ ਹੋਇਆ ਨੌਜਵਾਨ ਖਿਡਾਰੀ ਸ਼ਿੰਦਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਲੈ ਵੀ ਮੇਲਿਆ ਵਾਲਿਆ ਜਾਂ ਤੂੰ ਜਾਂ ਕਹਿ ਬੱਲੇ ਨੂੰ ਜਾਂ ਕਰ ਮੋਟੇ ਨੂੰ ਸਾਹਮਣੇ ਵੀ ਆ ਗਿਆ ਮੁੰਡਾ ਗਹਿਲਾਂ ਦੀ ਧਰਤੀ ਦਾ ਰੇਡ ਪਾਉਣ ਆਹ ਸਿੱਧਾ ਅਰਜਨ ਦੇ ਤੀਰ ਮਗਰਾਂ ਹਿੱਕ 'ਚ ਵੱਜਿਆ ਹਿੱਕ 'ਚ ਵੱਜਿਆ ਆਹ ਦੂਸਰੇ ਪਾਸੇ ਹੋ ਗਈ ਬੱਲੇ 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 ਮੇਲਾ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਆਓ ਮੌਸਮ ਵੀ ਬੇਈਮਾਨ ਹੋ ਗਿਆ ਪਰ ਕਹਿੰਦੇ ਬਾਬਾ ਨਾਰ ਸਿੰਘ ਵੀਰ ਦੀ ਕਿਰਪਾ ਹੈ ਇਸ ਨਗਰ ਦੇ ਉੱਤੇ ਮੇਰੇ ਵੀਰੋ ਮਹਾਂਪੁਰਸ਼ਾਂ ਦੀ ਕਿਰਪਾ ਹੈ ਤੇ ਕੋਟਲੀ ਵਾਲਾ ਜੀਤ ਕਹਿੰਦਾ ਅੱਜ ਬੈਸਟ ਮੈਂ ਬਣਦਾ ਪ੍ਰਵੀਰ ਬਾਬਰ ਵੱਲੋਂ ਮੰਡੀ ਕਰਨ ਦੇ ਕੰਡੇ ਵਾਂਗੂ ਦੇਖਦਾ ਵੀ ਹੁਣ ਤੋਲਦਾ ਜਾਂ ਇਹ ਕਰਵਾਉਂਦਾ ਬੱਲੇ 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 ਪਰ ਮੈਨੂੰ ਲੱਗਦਾ ਵੀ ਮੁੰਡਾ ਮੱਛੀ ਵਾਂਗੂ ਹੱਥ ਤੋਂ ਨਿਕਲਦਾ ਜਾਂਦਾ ਹੋ ਗਈ ਬੱਲੇ ਬੱਲੇ ਔਰ ਰਾਣੀਆਂ ਵਾਲੇ ਪੱਪੂ ਦਾ ਹੂਟਰ ਕਦੋਂ ਕਬੋਲੂ ਏ ਕਿ ਇੱਕ ਵਾਰੀ ਜੇ ਫੜਿਆ ਗੱਡਾ ਫੇਰ ਨਾ ਛੱਡਾਂਗੇ ਸਵਰਨਿਆ ਤੂੰ ਜੋ ਕਾਜੀ ਕਰ ਲਈ ਪੰਜ ਬਰਾਬਰ ਗੱਡਾਂਗੇ। ਲਓ ਦੇਖੋ ਸਾਹਮਣੇ ਪਈ ਹੋਈ ਕਬੱਡੀ ਤੇ ਅਗਲੀਆਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਲਾਗੇ ਪੁੱਜਣਗੀਆਂ। ਆਹ ਭਿੱਲਾ ਬਲਵੇੜੇ ਵਾਲਾ ਤੇ ਬਿੱਲੇ ਦੀ ਗੁਰਮਾਮਲ ਦੀ ਕਬੱਡੀ ਦੇ ਉੱਤੇ ਹੁਣ ਵੇਖਣਾ ਵੀ ਉੱਠ 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 ਹੋ ਗਈ ਬੱਲੇ 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 ਮੈਦਾਨ ਦੇ ਵਿੱਚ ਆਹ ਚੱਕੇ ਜਾਮ ਕਰ ਦਿੱਤੇ ਚੱਕੇ ਜਾਮ ਕਰ ਦਿੱਤੇ ਮੇਰੇ ਮਿੱਤਰੋ
ਰਣਵੀਰ ਠਾਕੁਰ ਯੂਐਸਏ ਉਹਨਾਂ ਦੇ ਵੱਲੋਂ ਵੱਡੇ ਮਾਨ ਜਿਹੜੇ ਪੁੱਜੇ ਹੋਏ ਨੇ ਔਰ ਸਾਡੇ ਨਗਰ ਦੇ ਪੁਰਾਣੇ ਕਬੱਡੀ ਦੇ ਥੰਮ ਸਰਦਾਰ ਦਲਵੀਰ ਸਿੰਘ ਹੋਣੀ ਉਹ ਵੀ ਵੱਡੇ ਮਾਨ ਜਿਹੜੇ ਪੌਦੇ ਕਰਦੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਉੱਥੇ ਸਾਡੇ ਪ੍ਰਮੋਦ ਵੀਰ ਹੋਣੀ ਲਓ ਸਾਰਿਆਂ ਦਾ ਧੰਨਵਾਦ ਹੈ ਲੈ ਹੁਣ ਦੇਖਣਾ ਵੀ ਰਵੀ ਗੁੱਜਰ ਦਿਓਰੇ ਵਾਲਾ ਤੇ ਦੂਸਰੇ ਪਾਸੇ ਹੁੰਦੀ ਬੱਲੇ ਬੱਲੇ ਮੈਦਾਨ ਦੇ ਵਿੱਚ ਮੁੰਡਾ ਇਹ ਉਹ ਨਹੀਂ ਰੀ ਸੱਤ ਏਰੀਆਂ ਜਵਾਨਾਂ ਪੁਆਇੰਟ ਲਓ ਰੇਡਰ ਦੇ ਹਿੱਸੇ ਵਿੱਚ ਜੁੜਦਾ ਹੋਇਆ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਲਓ ਅਗਲੀ ਰੇਡ ਆ ਗਿਆ ਕਹਿੰਦੇ ਕਾਲਾ ਹਠੂਰ ਵਾਲਾ ਲੈ ਵੀ ਮੇਲਿਆ ਪਰ ਦੂਸਰੇ ਪਾਸੇ ਮੁੰਡਾ ਭੱਜ ਕੇ ਲੱਤੀ ਲੱਗਿਆ ਉੜਦੀ ਧੂੜ ਐਸਨੇ ਮੋਟਾ ਕਹਿੰਦੇ ਆ ਸੌਂਗਲ ਦੀ ਧਰਤੀ ਦਾ ਲਓ ਫਿਰ ਮਾਰਦੇ ਤਾੜੀ ਖੇਡ ਮੈਦਾਨ ਦੇ ਵਿੱਚ ਲਾ ਗਿਆ ਜੱਫਾ ਆਪਣੀ ਟੀਮ ਦੇ ਹਿੱਸੇ ਕਣਕ ਦਾ ਵਾਧਾ ਕਰਦਾ ਹੋਇਆ ਆ ਮੁੰਡੇ ਨੂੰ ਕਹਿੰਦੇ ਪਿੰਡੇ ਨੂੰ ਮਿੱਟੀ ਲੱਗੀ ਨੂੰ ਮਹੀਨਾ ਹੋ ਗਿਆ ਲੱਗਦਾ ਮੈਨੂੰ ਅੱਬੂ ਕਨੇਡਾ ਸੋਨੀ ਜਰਮਨੀ ਸੁਰਜੀਤ ਯੂਐਸਏ 500 ਰਵੀ ਦੋਰੇ ਤਿੰਨ ਰੇਟ ਸੋਨੂੰ ਜਰਮਨੀ ਆਬੂ ਕਨੇਡਾ ਸੁਰਜੀਤ ਸਿੰਘ ਯੂਐਸਏ ਰਵੀ ਦੀਆਂ ਤਿੰਨ ਕਬੱਡੀਆਂ ਤੇ 500 ਰਵੀ ਦੀਆਂ ਤਿੰਨ ਕਬੱਡੀਆਂ ਦੇ ਉੱਤੇ 500 ਲਓ ਵੇਖੋ ਸਾਹਮਣੇ ਵੀ ਰੇਡ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਉਧਰੋਂ ਹੁਣ ਵੇਖਦਾ ਵੀ ਮੇਲੇ ਦੇ ਨਾਲ ਬੇਲਾ ਬੇਲੇ ਦੇ ਨਾਲ ਮਹਾਵੀਰ ਬੜਸੀਕਰੀ ਮਹਾਵੀਰ ਬੜਸੀਕਰੀ ਵਾਲਾ ਵੇਖਦਾ ਵੀ ਹੁਣ ਇਹ ਮੈਨੂੰ ਲੱਗਦਾ ਵੀ ਦਰਮਿਆਨ ਮੁਕਾਬਲਾ ਹੈ ਬਈ ਟੀਮਾਂ ਆ ਜਾਓ ਕਿਹੜਾ ਮੌਸਮ ਮੇਰੇ ਮਿੱਤਰੋ ਕੋਈ ਪਤਾ ਨਹੀਂ ਪਰਮਾਤਮਾ ਦੇ ਘਰ ਦਾ ਇੰਦਰ ਦੇਵ ਦਾ 1500 ਦਿਨਾਂ ਤੋਂ ਮਿਹਰਬਾਨ ਹੈ ਲਗਾਤਾਰ ਟੀਮਾਂ ਆ ਜਾਣੀ ਜਲਦੀ ਦੇ ਨੇ ਕਲਸੀਆਂ ਵਰਸਿਸ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਕੈਥਲ ਕਲਸੀਆਂ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਕੈਥਲ ਦੀਆਂ ਟੀਮਾਂ ਜਲਦੀ ਪਹੁੰਚਣ ਲਓ ਇੱਧਰ ਵੇਖੋ ਕੀ ਬਣ ਗਿਆ ਇੱਕ ਪਾਸੇ ਨੌਜਵਾਨ ਖਿਡਾਰੀ ਚੜ੍ਹਦੀ ਵੇਸ ਤੇ ਰਿੰਕੂ 2018 ਦੇ ਕੈਨੇਡਾ ਕਬੱਡੀ ਕੱਪ ਦੇ ਵਿੱਚ 24 ਕਬੱਡੀਆਂ ਪਾ ਕੇ 21 ਪੁਆਇੰਟ ਹਾਸਲ ਕਰਕੇ ਬੈਸਟ ਬਣਿਆ ਇਹ ਨੌਜਵਾਨ ਖਿਡਾਰੀ ਮੇਰੇ ਮਿੱਤਰੋ ਔਰ ਸਾਹਮਣੇ ਕਲਸੀਆਂ ਦੀ ਟੀਮ ਜਲਾਲ ਦੀ ਵਾਲੀ ਹੈ ਜੱਸੇ ਨੂੰ ਬੇਨਤੀ ਹੈ ਵੀ ਟੀਮ ਲੈ ਕੇ ਪੁੱਜੇ ਜਲਾਲ ਦੀ ਵਾਲੀ ਹੈ ਜੱਸੇ ਨੂੰ ਬੇਨਤੀ ਹੈ ਵੀ ਟੀਮ ਲੈ ਕੇ ਜਲਦੀ ਪੁੱਜੇ ਕਿਉਂਕਿ ਮੈਚ ਤਕਰੀਬਨ ਸਮਾਪਤੀ ਵੱਲ ਨੂੰ ਵੱਧ ਰਿਹਾ ਹੈ ਕਲਸੀਆਂ ਵਰਸਿਸ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਕੈਥਲ ਰਾਜੂ ਤੇ ਜੌਨੀ ਸਾਮਾ ਤੇ ਪ੍ਰਿੰਸ ਸਾਡੇ ਭਰਾ ਉਹਨਾਂ ਵੱਲੋਂ ਕੋਚ ਸਾਹਿਬ ਰਿੰਕੂ ਖਰੈਂਟੀ ਦੇ ਲਈ ਪੈਸੇ ਆਏ ਨੇ ਫੜਿਓ ਕਿਹੜਾ ਕਿੱਧਰ ਇੱਧਰ ਉਹ ਕੁਛ ਨੀ ਹੋਇਆ ਕੁਛ ਨੀ ਹੋਇਆ ਬੱਲੇ 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 ਇੱਧਰ ਵੇਖੋ ਕੀ ਬਣ ਗਿਆ ਉਹ ਇੱਧਰ ਵੇਖੋ ਕੀ ਬਣ ਗਿਆ ਉਧਰ ਨੂੰ ਕੀ ਦੇਖੀ ਜਾਂਦੇ ਉਹ ਪੁੱਠੀ ਪੈ ਗਈ ਇਹਨੂੰ ਕਹਿੰਦੇ ਨੇ ਮਾਰ ਕੇ ਪੁੱਠੀ ਬਲ 55 ਪਾਉਣਾ ਪੈਂਦਾ ਏ ਕੌਡੀ ਖੇਡ ਨਹੀਂ ਕੋਈ ਮੰਤਰ ਜ਼ੋਰ ਲਗਾਉਣਾ ਪੈਂਦਾ ਏ ਕੌਡੀ ਖੇਡ ਨਹੀਂ ਕੋਈ ਮੰਤਰ ਜ਼ੋਰ ਲਗਾਉਣਾ ਪੈਂਦਾ ਏ ਲਓ ਵੇਖੋ ਸਾਹਮਣੇ ਪੁਆਇੰਟ ਇਸ ਗੱਭਰੂ ਦੇ ਹਿੱਸੇ ਵਿੱਚ ਜੁੜਦਾ ਹੋਇਆ ਔਰ ਪੁਆਇੰਟ ਵਾਧਾ ਹੋ ਚੱਲਿਆ ਆ ਗਿਆ ਦੀਪਕ ਕਾਸ਼ੀਪੁਰੀਆ ਅਗਲੀ ਕਬੱਡੀ ਜਿਹੜੀ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਲਓ ਸਾਹਮਣੇ ਜਾਫੀਆਂ ਦੇ ਉੱਤੇ ਬਿੱਲੇ ਨੇ ਧਾਬਾ ਬੋਲਿਆ ਲੈ ਵੀ ਆਪੋ ਆਪਣੇ ਪਰਨੇ ਤਾਲ ਲਓ ਇੰਦਰ ਦੇਵਤੇ ਦੀ ਸ਼ਿਰਮਿਨ ਕਿਰਮਿਨ ਲੱਗ ਗਈ ਹੈ ਤੇ ਦੂਸਰੇ ਪਾਸੇ ਮੇਲਾ ਬਲਵੇ ਹੋ ਗਿਆ ਸਾਹਮਣੇ ਕਮਾਉਂਦਾ ਬੱਲੇ ਲੈ ਵੀ ਸ਼ੀਰਿਆ ਧੰਨਵਾਦ ਲੈ ਵੀ ਪਾਣੀ ਪਿਆਦੇ ਵੈਸੇ ਤਾਂ ਪਾਣੀ ਹੁਣ ਉੱਤੋਂ ਬਥੇਰਾ ਵਰਸ ਰਿਹਾ ਹੈ ਬਾਹੋ ਕਬੱਡੀ ਨੌਜਵਾਨ ਹੈ ਵਾਹ ਵੀ ਵਾਹ ਐਸਲੇ ਕਹਿੰਦੇ ਰੇਡ ਪਾਉਂਦਾ ਹੋਇਆ ਗੱਭਰੂ ਸਾਹਮਣੇ ਚਾਰਾਂ ਦੇ ਵਿੱਚੋਂ ਇਹ ਪਈ ਸੀ ਕਬੱਡੀ ਦੇ ਉੱਤੇ ਔਰ ਹਲਕਾ ਟੱਚ ਕਰ ਭੱਜ ਜਾਵਣਗੇ ਕਈ ਚਟਾਨ ਦੀ ਤਰ੍ਹਾਂ ਹਰਨਗੇ ਇਸ ਮੈਦਾਨ ਅੰਦਰ।